ਹਾਂਜੀ ਸਤਿ ਸ਼੍ਰੀ ਅਕਾਲ ਗਾਈਸ, ਕੀ ਹਾਲ ਚਾਲ ਸਾਰਾ? ਤਾਂ ਹੋਪ ਕਰਦਾ ਵਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ, ਤਾਂ ਮੈਂ ਵੀ ਠੀਕ ਹਾਂ। ਵੈਲਕਮ ਬੈਕ ਟੂ ਮਾਈ ਚੈਨਲ ਗਾਈਸ। ਅਤੇ ਗਾਈਸ, ਅੱਜ ਹੈਗਾ ਵਾ ਮੰਡੇ, ਨਾਲੇ ਸਾਰਿਆਂ ਨੂੰ ਮੈਰੀ ਕ੍ਰਿਸਮਸ। ਅਤੇ ਅੱਜ ਸਾਡੀ ਗਲੀ 'ਚ ਹੈਗਾ ਕੀਰਤਨ ਦਰਬਾਰ। ਯਾਰ ਉਹ ਵੇਖੋ, ਟੈਂਟ ਟੁੰਟ ਲੱਗ ਚੁੱਕੇ, ਤਿਆਰੀਆਂ ਹੋ ਰਹੀਆਂ ਸਾਰੀਆਂ। ਬਸ ਆਪਾਂ ਵੀ ਜਾਂਦੇ ਹੁਣ ਥੱਲੇ, ਅਤੇ ਤੁਹਾਨੂੰ ਸਾਰਾ ਮਤਲਬ ਕਿ ਵਿਖਾਉਂਦੇ ਹਾਂ ਮਾਹੌਲ ਚਾਲ। ਅਤੇ ਅੱਜ ਦਾ ਮੌਸਮ ਵੀ ਯਾਰ ਇੱਦਾਂ ਵਾ, ਪਹਿਲਾਂ ਤਾਂ ਸਵੇਰੇ ਇੰਨੀ ਜ਼ਹਿਰਾ ਧੁੰਦ ਸੀ ਨਾ, ਹੁਣ ਧੁੱਪ ਚੜੀ ਆ। ਯਾਰ ਪਹਿਲਾਂ ਮੈਂ ਸਵੇਰੇ ਸਵੇਰੇ ਗੁੱਡਾ ਵਧਾਇਆ ਆਹ ਚਿੱਟੀ ਟੈਂਕੀ ਤੋਂ ਅੱਗੇ ਵਿਖਣਾ ਹੀ ਬੰਦ ਹੋ ਗਿਆ, ਅਤੇ ਫਿਰ ਮੈਂ ਲਾ ਲਿਆ। ਮੈਂ ਕਿਹਾ ਚਲੋ ਕੀ ਕਰਨਾ ਮੈਂ ਵੇਸਟ ਕਰਕੇ, ਯਾਰ ਗੁੱਡੀ ਵੀ ਉੱਡ ਰਹੀ ਆ ਟਾਈਮ ਪਾਸ ਲਈ, ਸ਼ਾਇਦ ਤੁਹਾਨੂੰ ਕੈਮਰੇ 'ਚ ਨਾ ਵਿਖੇ। ਅਤੇ ਯਾਰ ਪਹਿਲਾਂ ਆਪਾਂ ਰੋਟੀ ਖਾਈਏ, ਸਵੇਰ ਦਾ ਕੁਝ ਵੀ ਨਹੀਂ ਖਾਧਾ। ਅਤੇ ਅੱਜ ਦੇ ਵਲੋਗ 'ਚ ਤੁਹਾਨੂੰ ਅੰਮ੍ਰਿਤਸਰ ਦਾ ਬਿਗੈਸਟ ਬੰਦ ਖਾਵਾਂਗੇ, ਸਭ ਤੋਂ ਵੱਡਾ ਬੰਦ। ਬਸ ਤੁਸੀਂ ਵਲੋਗ ਨੂੰ ਸਕਿੱਪ ਨਾ ਕਰਿਓ, ਬਹੁਤ ਹੀ ਮਜ਼ਾ ਆਉਣ ਵਾਲਾ ਜੇ। ਅਤੇ ਤੁਹਾਨੂੰ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਾਵਾਂਗੇ। ਪਹਿਲਾਂ ਯਾਰ ਰੋਟੀ ਖਾਈ, ਇੰਨੀ ਗਹਿਰਾ ਭੁੱਖ ਲੱਗੀ, ਸਾਗ ਬਣਿਆ ਨਾ। ਅਤੇ ਫਾਈਨਲੀ ਗਾਇਸ, ਆਪਣੀ ਰੋਟੀ ਤਾਂ ਆ ਚੁੱਕੀ ਆ, ਫੁਲਕੇ ਨਾਲ ਸਾਗ। ਯਾਰ ਤੁਹਾਨੂੰ ਪਤਾ, ਦੇਸੀ ਘਿਓ ਬਿਨਾਂ ਸਾਗ ਦਾ ਅਧੂਰਾ ਹੀ ਟੇਸਟ ਆ। ਅਤੇ ਫੁਲਕੇ ਨਾਲ ਇੱਧਰ ਹੁਣ ਖਾਂਦੇ ਹਾਂ, ਫਿਰ ਤੁਹਾਨੂੰ ਮਿਲਦੇ ਹਾਂ। ਅਤੇ ਫਾਈਨਲੀ ਗਾਇਸ, ਰੋਟੀ ਤਾਂ ਖਾ ਲਈ ਆ, ਯਾਰ ਬਹੁਤ ਸਵਾਦ ਲੱਗੀ। ਅਤੇ ਜਿਹੜੀ ਮੈਂ ਤੁਹਾਨੂੰ ਗੱਲ ਕਰਦਾ ਪਿਆ ਅੰਮ੍ਰਿਤਸਰ ਦਾ ਬਿਗੈਸਟ ਬੰਨ, ਉਹ ਇਹ ਆ। ਆ ਵੇਖੋ, ਯਾਰ ਤੁਸੀਂ ਸਾਰੇ ਨਾਲ ਹੀ ਵੇਖ ਸਕਦੇ, ਹੁਣ ਤੁਹਾਨੂੰ ਖੋਲ੍ਹ ਕੇ ਵਿਖਾਉਂਦੇ ਹਾਂ। ਵੇਟ ਕਰ, ਆਹ ਉਹ ਬੰਦ ਜਿਹੜੀ ਮੈਂ ਤੁਹਾਨੂੰ ਗੱਲ ਕਰਦਾ ਪਿਆ ਸੀ, ਯਾਰ ਆਹ ਵੇਖ ਲਓ ਕਿੱਡਾ ਵੱਡਾ ਸਾਈਜ਼ ਆ। ਕੈਮਰਾ ਲੱਗ ਲਿਆਓ, ਵੇਖ ਲਓ, ਖੋਲ ਦੀਏ? ਖੋਲ ਦੋ, ਪੱਕਾ ਖੋਲ ਦੋ। ਹੋਰ ਤੁਰੀ ਦੀ ਕਿੱਡਾ ਤਗੜਾ ਸਾਈਜ਼ ਸੀ, ਬਿਗੈਸਟ। ਯਾਰ ਆਹ ਦੇਖੋ ਸਾਈਜ਼, ਅੰਦਰ ਫਿਲਿੰਗ ਵੇਖੋ। ਮੈਂ ਇੱਕ ਮਿੰਟ ਨਾਈਫ ਲੈ ਕੇ ਆਉਂਦਾ ਹਾਂ। ਨਾਈਫ ਯਾਰ ਆਪਾਂ ਥੋੜ੍ਹਾ ਜਿਹਾ ਟੁਕੜਾ ਕੱਟਾਂਗੇ। ਕਿੱਧਰੋਂ ਕੱਟੀਏ? ਇੱਧਰੋਂ? ਨਹੀਂ 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 ਉੱਧਰੋਂ, ਇੱਧਰੋਂ? ਹਾਂ ਕੱਟਾਂ ਨਹੀਂ ਹੁੰਦੇ ਯਾਰ, ਇਹ ਵੇਲ ਬੜਾ ਵੇਟ ਕਰੇਗਾ ਬਹੁਤ। ਅੰਦਰ ਫਿਲਿੰਗ ਸਾਰੀ ਡਰਾਈ ਫਰੂਟ ਦੀ ਗਈ ਆ। ਕੇਕ ਵਾਂਗੂ ਲੱਗ ਲਿਆਓ, ਕੇਕ ਵਾਂਗੂ ਫਿਲਿੰਗ ਵੇਖੋ ਯਾਰ ਤੁਸੀਂ ਇਹਦੀ, ਕੇਕ ਵਾਂਗੂ ਆ। ਆ ਵੇਖ ਲਓ, ਪੂਰਾ ਡਰਾਈ ਫਰੂਟ ਭਰਿਆ, ਪੂਰਾ ਕੇਕ ਵਾਂਗੂ ਆ। ਅਤੇ ਯਾਰ ਇੱਕ ਆਪਣੇ ਇੱਕ ਗੁੱਡਾ ਵੀ ਗਾ ਵਾ, ਤੁਸੀਂ ਡਿਜ਼ਾਈਨ ਵੇਖੋ ਇਹਦਾ, ਇਹਦਾ ਡਿਜ਼ਾਈਨ ਵੇਖੋ ਤੁਸੀਂ, ਐਡਾ ਟੌਪ ਦਾ ਡਿਜ਼ਾਈਨ ਹੈ ਨਾ। ਅਤੇ ਥੋੜ੍ਹਾ ਤੰਗਾ ਇੱਧਰ ਵੀ ਆ, ਦੇਖ ਲਓ। ਬਸ ਲੋਹੜੀ ਤਾਂ ਪੂਰੀ ਧੱਕ ਪਹੁੰਚਾਉਣੀ ਆਪਾਂ। ਯਾਰ ਬੜਾ ਸਵਾਦ ਜੇ, ਜਿਵੇਂ ਆਪਾਂ ਆਮ ਬੰਦ ਖਾਂਦੇ ਹਾਂ ਨਾ, ਬਸ ਉੱਦਾਂ ਦਾ ਟੇਸਟ ਆ, ਬਸ ਅੰਦਰ ਡਰਾਈ ਫਰੂਟ ਦਾ ਅਲੱਗ ਟੇਸਟ ਆ। ਅਤੇ ਯਾਰ ਆਹ ਵੇਖ ਲਓ, ਆਹ ਕਿੱਥੇ ਚੜਿਆ ਜੀ, ਕਿੰਨਾ ਗੱਲਾਂ ਕਰੀ ਇਹਦਾ ਇਕੱਲਾ ਹੀ। ਅਤੇ ਯਾਰ ਥੱਲੇ ਟੈਂਟ ਲੱਗ ਗਈ, ਉਹ ਪੂਰੀਆਂ ਤਿਆਰੀਆਂ ਵਾ। ਬਸ ਹੁਣ ਜਾਂਦੇ ਤੁਹਾਨੂੰ ਸਾਰਾ ਥੱਲੇ ਦਾ ਮਾਹੌਲ ਚੱਲ ਹੁੰਦੇ ਆ। ਗੁੱਡੀ ਵੀ ਉੱਡ ਰਹੀ ਆ ਯਾਰ ਮਾੜੀ ਮੋਟੀ, ਅਤੇ ਸੁਭਾਅ ਵੀ ਟਾਈਮ ਪਾਸ ਨਹੀਂ ਚੱਲ ਰਹੀ ਆ। ਅਤੇ ਗਾਈਸ ਆਹ ਵੇਖੋ, ਆਹ ਸਟੇਜ ਬਣਦੀ ਵੀ ਇੱਧਰ ਦੇਖ ਲਓ, ਹੁਣ ਮੈਂ ਤੁਹਾਨੂੰ ਸਾਰਾ ਵਿਖਾਊਂਗਾ ਵਿਊ।
ਸਤਨਾਮ ਜੀ ਆਹੇ ਗੁਰੂ ਆਹੇ ਗੁਰੂ ਆਹੇ ਲੋਕੋ ਕੇ ਉਹ ਪਹੁੰਚ ਚੁੱਕੇ ਨੇ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ। ਹੁਣ ਖਾਲਸਾ ਪਰਿਵਾਰ ਗੁਰਮਤਿ ਸੰਗੀਤ ਅਕੈਡਮੀ ਦੇ ਬੱਚਿਆਂ ਨੂੰ ਬੇਨਤੀ ਹੈਗੀ ਉਹ ਸਟੇਜ ਤੇ ਆਉਣ ਕੀਰਤਨ ਕਰਨ ਦੀ ਕਿਰਪਾਲਤਾ ਕਰਨ। ਖਾਲਸਾ ਪਰਿਵਾਰ ਗੁਰੂ ਨਾਨਕ ਦੇ ਘਰ ਜੋੜਿਆਂ ਨੂੰ ਮੱਥਾ ਟੇਕਿਆ ਜਾਂਦਾ, ਗੁਰੂ ਨਾਨਕ ਦੇ ਘਰ ਜੂਠੇ ਬਰਤਨ ਮਾਂਜਣ ਦੇ ਲਈ ਲੋਕ ਤਰਸਦੇ ਨੇ, ਲਾਈਨਾਂ ਚ ਲੱਗਦੇ ਨੇ। ਇਹ ਹੈ ਸਿੱਖ ਦਾ ਸੁਭਾਅ, ਇਤਿਹਾਸ ਹੀ ਦੁਨੀਆ ਤੋਂ ਸਭ ਤੋਂ ਨਿਰਾਲਾ ਹੈ। ਤੇ ਜਿਨ੍ਹਾਂ ਦੀ ਗਾਥਾ ਅੱਜ ਅਸੀਂ ਸਰਵਣ ਕਰਨੀ ਹੈ, ਸੰਗਤ ਜੀ, ਧੰਨ ਕਲਗੀਆਂ ਵਾਲਾ ਪਾਤਸ਼ਾਹ ਜਿਹਨੇ ਆਪਣਾ ਸਾਰਾ ਪਰਿਵਾਰ ਸਾਡੇ ਤੋਂ ਵਾਰ ਕੇ ਇਹ ਗੱਲ ਕਹੀ ਸੀ ਮਾਤਾ ਸਾਹਿਬ ਕੌਰ ਨੂੰ, ਮਾਤਾ ਸੁੰਦਰ ਕੌਰ ਨੂੰ, ਕਿ ਇਨ ਪੁੱਤਰਨ ਕੀ ਸੀਸ ਪਰ ਵਾਰ ਦਿਓ ਸੁਤ ਚਾਰ, ਚਾਰ ਹੋਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ। ਸਾਡੀ ਖਾਤਰ ਮਾਲਕ ਨੇ ਸਾਡੇ ਲੱਖ ਤੇ ਆਪਣੇ ਲੱਖ ਤੇ ਜ਼ਿਕਰ ਸਾਡੇ ਤੋਂ ਕੁਰਬਾਨ ਕਰਕੇ ਇਹ ਗੱਲ ਕਹੀ ਸੀ ਸੰਗਤ ਜੀ। ਅੱਜ ਉਹਨਾਂ ਨੂੰ ਯਾਦ ਕਰਨ ਲਈ ਬੈਠੇ, ਧਿਆਨ ਮਾਰ ਕੇ ਲੈ ਕੇ ਜਾਇਓ। 6-7 ਪੋਹ ਦੀ ਰਾਤ, ਅੱਜ ਤੋਂ 4 ਦਿਨ ਪਹਿਲਾਂ ਦੀ ਗੱਲ, ਆਨੰਦਾਂ ਦੀ ਪੁਰੀ। ਇਹ ਉਹ ਆਨੰਦਪੁਰ ਸ਼ਹਿਰ ਹੈ ਜਿਸ ਸ਼ਹਿਰ ਨੂੰ ਮਾਲਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪ ਆਪਣੇ ਹੱਥੀਂ ਵਸਾਇਆ ਹੈ। ਇਹ ਜਗ੍ਹਾ ਨੂੰ ਕਿਸੇ ਨੇ ਫ੍ਰੀ ਨਹੀਂ ਦਿੱਤੀ। ਜਾ ਤੇ ਗਾਈਸ, ਹੁਣ ਆਪਾਂ ਚੱਲੇ ਆ ਲੋਟਰੀ ਪਾਉਣ। ਇੱਧਰ ਵੇਖ, ਇੱਧਰ ਵੇਖੀ, ਰਹਿਣ ਦੇ, ਵੇਖ ਲਿਆ ਵੇਖ ਲਿਆ। ਕੀ ਕਰਨ ਚੱਲੇ ਦੱਸ ਤਾਂ ਦੇ। ਬੋਲੀ ਚੱਲ। ਕੀ ਬੋਲੀ ਚੱਲ ਯਾਰ? ਕੀ ਪਤਾ ਨਹੀਂ, ਕਹਿੰਦਾ ਮੈਨੂੰ ਦੁਕਾਨ ਤੇ ਖੜਨਾ ਤੇ ਕਹਿੰਦਾ ਲੋਟਰੀ ਪਾਉਣੀ। ਲੋਟਰੀ ਕੀ? 5 ਕਰੋੜ ਮਿਲ ਗਏ। ਯਾਰ ਸਾਰਾ ਮਤਲਬ ਕਿ ਦਿਨ ਖਤਮ ਹੋਣ 'ਤੇ ਆ ਗਿਆ ਵਾ, ਅਤੇ ਕੱਪੜੇ ਹੁਣ ਮੈਂ ਚੇਂਜ ਕੀਤੇ। ਫਿਰ ਕਹਿੰਦਾ ਬੂਟਾ ਗਾਲਾ ਕੱਢਦਾ, ਅਤੇ ਬਸ ਹੁਣ ਜਾਂਦੇ ਹਾਂ। ਤੁਹਾਨੂੰ ਦੁਕਾਨ 'ਤੇ ਜਾ ਕੇ ਹੁਣ ਕਿਹੜੀ ਲੋਟਰੀ ਦੀ ਗੱਲ ਕਰ ਰਿਹਾ ਏ? ਬਾਕੀ ਵੇਖੋ, ਕੀ ਪਤਾ ਕਿਸਮਤ ਚੰਗੀ ਹੋਵੇ, 5 ਕਰੋੜ ਹੀ ਨਿਕਲ ਆਵੇ। ਪਹੁੰਚ ਚੁੱਕੇ ਹਾਂ ਲੋਟਰੀ ਵਾਲੀ ਦੁਕਾਨ 'ਤੇ। ਵਾਹ, ਖੋਲਣੀ ਨਹੀਂ ਆਉਂਦੀ ਤੈਨੂੰ? ਅੰਡਾ ਨਿਕਲਿਆ, ਇੱਕ ਚੀਜ਼ ਲੈ ਲਓ ਉਹਦੇ ਵਿੱਚ, ਸ਼ਾਇਦ 2 ਜੇ ਆਹ ਤੇ ਇੱਕੋ ਮਿਲਦੀ ਚੀਜ਼ ਬੇਟਾ, ਇੱਕ ਲੋਟਰੀ 'ਚ ਇੱਕੋ ਚੀਜ਼ ਮਿਲਦੀ। ਕੀ ਆ? ਅੰਡਾ, ਇੱਕ ਅੰਡਾ, ਇੱਕ ਚੀਜ਼ ਲੈ ਲੈ ਲੈ, ਅੰਡਾ ਨਿਕਲੇ ਤੇ ਇੱਕ ਚੀਜ਼। ਓਏ ਆ ਉੜੀ ਲੈ ਲਾ, ਹੋਰ ਬੀਟ ਆਹੋ ਲੈ, ਇੱਕ ਹੋਰ ਬਾ, ਇੱਕ ਹੋਰ ਬਾ, ਹੋਰ ਲੈਣੀ ਇੱਕ। ਵਾਹਿਗੁਰੂ ਦਾ ਨਾਲ ਹੈ। 95 ਰੁਪਏ ਦੇਖੋ, 95 ਨੰਬਰ ਬੇਟਾ। ਕਿੱਥੇ 95 ਨੰਬਰ? 95 ਨੰਬਰ ਹੈਗਾ ਵੀ ਨਹੀਂ ਤੈਨੂੰ ਪਤਾ ਲੱਭੇਗਾ ਤੂੰ ਹੀ ਜਾਣਾ ਵੇ ਕਿੱਥੇ ਹੈਗਾ 95। ਚੱਲ ਆਪਣੇ ਨੂੰ ਵਲੌਗ ਸ਼ੂਟ ਕਰਨ ਵਾਸਤੇ ਮਿਲ ਗਈ।
ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਮਾਤਾ ਸਾਹਿਬ ਕੌਰ ਜੀ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਧੰਨ ਧੰਨ ਮਾਤਾ ਅਰਦਾਸ ਦੀ ਤਾਂ ਸਮਾਪਤੀ ਹੋ ਚੁੱਕੀ ਆ, ਕੜਾਹ ਪ੍ਰਸ਼ਾਦ ਦੀ ਦੇਗ ਵੀ ਵਰਤ ਚੁੱਕੀ ਆ, ਤੇ ਬਸ ਹੁਣ ਪ੍ਰਸ਼ਾਦ ਦੀ ਤਿਆਰੀ ਆ। ਤੇ ਫਾਈਨਲੀ ਗਾਇਸ ਲੰਗਰ ਤਾਂ ਛਕ ਲਿਆ ਵਾ, ਅਤੇ ਉਸ ਤੋਂ ਬਾਅਦ ਆਇਆ ਯਾਰ ਬਦਾਮਾਂ ਵਾਲਾ ਦੁੱਧ, ਦੇਖ ਲਓ ਯਾਰ ਤਿੰਨ ਤਿੰਨ ਗਲਾਸ ਮੈਂ ਇਸ ਲਈ ਯਾਰ ਕਿਉਂਕਿ ਇੰਨਾ ਜ਼ਿਆਦਾ ਗਰਮ ਆਉਣਾ, ਇਸ ਲਈ ਹੁਣ ਥੋੜ੍ਹਾ ਠੰਡਾ ਹੋਇਆ ਵਾ ਯਾਰ, ਇੰਨਾ ਜ਼ਿਆਦਾ ਸਵਾਦ ਆ ਨਾ। ਅਤੇ ਫਾਈਨਲੀ ਗਾਇਸ ਦੁੱਧ ਵੀ ਪੀ ਲਿਆ ਵਾ, ਅਤੇ ਬਸ ਸਮਾਪਤ ਹੋਣ ਹੀ ਲੱਗੀ ਪ੍ਰੋਗਰਾਮ ਦੀ, ਬਸ ਉਹਨਾਂ ਨੇ ਟੈਂਟ ਟੁੰਟ ਵੀ ਲਾਉਣ ਲੱਗੇ, ਬਸ ਆਹ ਦੇਖ ਲਓ ਬਾਕੀ ਸਾਰੀ ਉਹ ਚੁੱਕਿਆ ਗਿਆ ਵਾ, ਬਾਕੀ ਇੱਧਰ ਸੰਗਤਾਂ ਲੰਗਰ ਛਕਦੀਆਂ ਮੀਆਂ ਨੇ। ਤੇ ਯਾਰ ਆਪਾਂ ਇਸ ਤੋਂ ਬਾਅਦ ਫਿਰ ਲਾਟਰੀ ਬਣ ਗਏ ਸੀ, ਤਾਂ ਕੀ ਨਿਕਲਿਆ ਡਾਇਕਾ ਨਿਕਲੀ, ਪਤਾ ਨਹੀਂ ਕਿਹੜੀ ਮਸ਼ੀਨ ਗਈ ਆ, ਕੀ ਕਹਿੰਦੇ ਡਿਜ਼ਾਈਨਰ ਮਸ਼ੀਨ ਪਤਾ ਨਹੀਂ ਕੀ ਕਹਿੰਦੇ। ਅਤੇ ਫਾਈਨਲੀ ਗਈ ਸਮਾਪਤੀ ਜੋ ਹੋ ਚੁੱਕੀ ਆ, ਅਤੇ ਇਸ ਨਾਲ ਸਾਡਾ ਵਲੋਗ ਵੀ ਇੱਥੇ ਖਤਮ ਹੁੰਦਾ ਹੈ। ਹੋਪ ਕਰਦਾ ਵੀ ਤੁਹਾਨੂੰ ਇਹ ਵਲੋਗ ਵਧੀਆ ਲੱਗਾ ਹੋਵੇ, ਜੇ ਵਧੀਆ ਲੱਗਾ ਵਾ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਅਤੇ ਪਲੀਜ਼ ਮੇਰੇ ਚੈਨਲ ਵੀ ਸਬਸਕ੍ਰਾਈਬ ਕਰ ਦਿਓ। ਟਿਲ ਦੈਨ ਬਾਏ ਬਾਏ, ਮਿਲਦੇ ਵਲੋਗ 'ਚ, ਖੁਦਾ ਬਰਕਾਤ।